हल्का फलौर दे कस्बा अफरा दे विच अंबेदकर सेना पंजाब तहसील फलौर दे प्रधान दीपक रसूल दवाई दे विच कैप्टन सरकार दे खिलाफ नारेबाजी करके पुतला फूकिया गया। कैमरा मैन डैपन सनागी दी फलौर तों विशेष रिपोर्ट। पंजाब सरकार दे जिहड़ा दिनों दिन जिहड़े घट गिणतियां ते अत्याचार जिहड़ा जुल्मां विच वाधा हो रहा उहदा कारण आ अपरा हल्के दे लोक अपरा निवासी जिहड़ियां चौं दिशावां पैंदियां अपरे नूं चारे दिशावां दे जिहड़े रोड आ उहनां दी हालत जिहड़ी इन्नी खस्ता हो चुकी वध तों बदतर हो चुकी। इस दुनिया का सब तो जिहड़ा माड़ा रोड आ अपरे शहर के इलाके का रोड आ। इस जिहड़ियां माड़ियां सड़कां दे कारण अपरे का व्यापारी वर्ग जिहड़ा अपरे का व्यापार सारा खत्म हो गया। किसी के जेकर फस्ट एड कोई मरीज आ कोई पेशेंट आ किसी के घर कोई तकलीफ आनू अपने जड़िया दवाई लैन ले जाना पैंदा पर कोई भी रोड जिहड़ा चाहे वह नगर तो जिहड़ा अपरा रोड ला लो समराणी तो धड़ेता रोड ला लो शुकरा तो जिहड़ा मोरो लटैणा रोड ला लो किसी भी सड़क पर किसी भी तरह की कोई सुविधा नहीं है। जिहड़ा किसी बंदे नूं जिहड़ा मौके पर ही जी कि अचानक जी वो जेकर हार्ट पेशेंट आ दवाई लैन जाता कोई शूगर का पेशेंट आदि मौके पर जी डैथ हो जाती है। जी जिन् भी मौत अपने इलाके हुई जोड़ा मुख्य कारण है वो पंजाब सरकार आ टुटिया हुई सड़क आंजा यह टुटिया हुई सड़क आ। असं अंबेडकर सेना पंजाब वालों वार्निंग करते हैं कि जेकर जारे जोड ना बने तो असी जो चौधरी संतोख सिंह इस हल्के की अगवाई करता एम पी और शर्म नहीं आती उन्होंने शर्म का घाटा है क्योंकि वह इस रोड से नींह पत्थर रखना आता पर इस रोड के थानी गुजरता उन्होंने अपरे के इलाके की अपरे के 40 पिंड जोड़े आने वाले 40 पिंड के लोग बसते हैं बच्चे स्कूलों जाते हैं बच्चिया जड़िया रोज़ अप डाउन कर दया जो लैन इतने कपड़ा लैन आते हैं सुनारे की गोल्ड की जी सिटी कहें पर अपरे का व्यापार सड़ा सारे का सारा ये सड़क कारण खत्म हो गया। कोई भी जड़ा ये सीनियर सिटीजन आ जा कोई ये शहरी आ वो अपरे नहीं आना चाहता अपरे की सड़क की इन्नी खस्ता हालत इस पंजाब सरकार ने करती है। तुसी अपरे सड़क तो जो चारा रोड तो क्रॉस करो रैपा आता उस बंगा एरिए शुरू होंगे वो सड़क में देखो तो अपनी सड़क में देखो
ਜਿਹੜੀਆਂ ਸੜਕਾਂ ਆ ਇਹਨਾਂ ਵੱਧ ਤੋਂ ਬਦਤਰ ਹਾਲਤ ਬਣਾ ਦਿੱਤੀ ਇਹਨਾਂ ਨੇ ਸਾਡਾ ਸਾਡੇ ਸਮਾਜ ਦੇ ਇਸ ਏਰੀਆ ਦੇ ਲੋਕਾਂ ਦੀ ਜਿਹੜੀ ਜਾਨਾਂ ਦੀ ਕੋਈ ਪਰਵਾਹ ਨਹੀਂ ਇਹ ਸਰਕਾਰਾਂ ਵੋਟਾਂ ਲੈਣ ਆਉਂਦੀਆਂ ਆ ਅਤੇ ਵੋਟਾਂ ਲੈ ਕੇ ਚੱਲਣ ਜਾਂਦੀਆਂ ਮੈਂ ਆਪਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਜਦੋਂ ਇਹ ਤੁਹਾਡੇ ਕੋਲ ਵੋਟਾਂ ਲੈਣ ਆਉਂਦੇ ਆ ਉਹਨਾਂ ਨੂੰ ਇਹ ਸਵਾਲ ਕਰੋ ਕਿ ਅਸੀਂ 2-3 ਸਾਲ ਹੋ ਗਏ ਇਸ ਜਿਹੜੀ ਆਹ ਵੱਡੀ ਪ੍ਰੋਬਲਮ ਨਾਲ ਜੂਝ ਰਹੇ ਹਾਂ ਕਿ ਤੁਸੀਂ ਇਸ ਦਾ ਹੱਲ ਕਿਉਂ ਨਹੀਂ ਕਰਦੇ ਮੈਂ ਮਾਨਯੋਗ ਚੌਧਰੀ ਸੰਤੋਖ ਸਿੰਘ 2 ਵਾਰੀ ਸਾਡੇ ਹਲਕੇ ਦੀ ਨੁਮਾਇੰਦਗੀ ਐਮ ਪੀ ਏ ਜ਼ਿਲ੍ਹਾ ਜ਼ਿਲ੍ਹੇ ਦੀ ਕਰਦੇ ਆ ਉਹਨਾਂ ਦੇ ਵੀ ਧਿਆਨ 'ਚ ਲਿਆਉਣਾ ਚਾਹੁੰਦਾ ਕੀ ਤੁਹਾਨੂੰ ਉੱਪਰ ਦੇ ਇਲਾਕੇ ਦੇ ਲੋਕਾਂ ਦੀ ਕੋਈ ਸੁੱਖ ਸ਼ਾਂਤੀ ਕੋਈ ਚਿੰਤਾ ਹੈ ਜਾਂ ਨਹੀਂ ਉਹਨਾਂ ਦੀ ਜਿਹੜੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਕਿ ਉਹ ਲੋਕ ਇਸੇ ਤਰ੍ਹਾਂ ਦੇ ਸੜਕਾਂ 'ਤੇ ਐਕਸੀਡੈਂਟ ਹੋ ਕੇ ਮਰਦੇ ਜਾਣ ਸਭ ਤੋਂ ਦੁਨੀਆ ਦੀ ਸਭ ਤੋਂ ਬਦਤਰ ਜਿਹੜੀ ਸੜਕ ਆ ਅਪਰਾ ਇਲਾਕੇ ਦੀਆਂ 4 ਹੀ ਸੜਕਾਂ ਜਿਹੜੀ ਉਹਨਾਂ ਦੀ ਇੰਨੀ ਖਸਤਾ ਹਾਲਤ ਆ ਉਹਨੂੰ ਬਣਾਇਆ ਜਾਵੇ ਅਤੇ ਨਾਲ ਹੀ ਨਾਲ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਇਲਾਕੇ ਦੇ ਵਿੱਚ ਦਿਨੋਂ ਦਿਨ ਜਿਹੜੀਆਂ ਵੱਧ ਰਹੀਆਂ ਘਟਨਾਵਾਂ 'ਤੇ ਰੋਕ ਲਾਈ ਜਾਵੇ ਨਹੀਂ ਤਾਂ ਅਸੀਂ ਅੰਬੇਡਕਰ ਸੈਨਾ ਪੰਜਾਬ ਵੱਲੋਂ ਸਮੁੱਚੇ ਦਲਿਤ ਜਥੇਬੰਦੀਆਂ ਵੱਲੋਂ ਲੈ ਕੇ ਜਿਹੜਾ ਇੱਕ ਧਮਾਰਕ ਜਿਹੜਾ ਘੜਾ ਪੰਜਾਬ ਪੁਲਿਸ ਦਾ ਵੀ ਭੰਨਾਂਗੇ ਅਸੀਂ ਉਹ DSP ਫਲੌਰ ਦੇ ਸਾਹਮਣੇ ਅਤੇ SHO ਫਲੌਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਥੋੜ੍ਹੇ ਦਿਨਾਂ 'ਤੇ ਕਰਾਂਗੇ ਤਾਂ ਜੋ ਇਸ ਇਲਾਕੇ ਦੀਆਂ ਵਾਰਦਾਤਾਂ ਕਦੀ ਉੱਪਰੇ ਕੋਈ ਵੀ ਜਿਹੜਾ ਸਾਡੀ ਧੀ ਭੈਣ ਸੁਰੱਖਿਅਤ ਨਹੀਂ ਤੁਰੀ ਜਾਂਦੀ ਦੀਆਂ ਜਿਹੜੀਆਂ ਵਾਲੀਆਂ ਸਨੈਟਿਕ ਦਿਨੋਂ ਦਿਨ ਵੱਧ ਰਹੇ ਕੇਸ ਆ ਲੁੱਟਾਂ ਖੋਹਾਂ 'ਚ ਵਾਧਾ ਹੋ ਰਿਹਾ ਪੁਲਿਸ ਜਿਹੜੀ ਆ ਆਪਣੀ ਕੂਹ ਕਨੀਂਗ ਸੁੱਤੀ ਪਈ ਆ ਉਹਨਾਂ ਨੂੰ ਜਗਾਉਣ ਲਈ ਅੱਜ ਅਸੀਂ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਇੱਥੇ ਫੂਕਣ ਲੱਗੇ ਆ ਅਤੇ ਧਮਾਰਕ ਭਰਨ ਲੱਗੇ ਆ ਤਾਂ ਜੋ ਇਹ ਮੁਰਦੇ ਲੋਕ ਜਿਹੜੇ ਜਾਗ ਸਕਣ ਅਤੇ ਅਪਰਾ ਨਿਵਾਸੀਆਂ ਨੂੰ ਜਿਹੜੀਆਂ ਸੜਕਾਂ ਜਿਹੜੀਆਂ ਬਣ ਕੇ ਇਹਨਾਂ ਨੂੰ ਵੀ ਸੁੱਖ ਦਾ ਸਾਹ ਆਵੇ ਇਹ ਵੀ ਆਪਣੇ ਵਪਾਰ ਵਿੱਚ ਵਾਧਾ ਕਰਨ ਸੋ ਮੈਂ ਇੱਕ ਵਾਰੀ ਫਿਰ ਚੇਤਾਵਨੀ ਦਿੰਦਾ ਜੇਕਰ ਇਹ ਸੜਕਾਂ ਨਹੀਂ ਬਣਦੀਆਂ ਜੇਕਰ ਲੁੱਟਾਂ ਖੋਹਾਂ ਦੇ ਵਿੱਚ ਉਹ ਬੰਦਿਆਂ ਨੂੰ ਦੋਸ਼ੀਆਂ ਨੂੰ ਫੜ ਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ SHO ਫਲੌਰ ਦੇ ਮੂਹਰੇ 2 ਹਫ਼ਤੇ ਦੇ ਅੰਦਰ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ ਧਮਾਰਕ ਅਪਰਾ ਫਲੌਰ ਪੁਲਿਸ ਦਾ ਹੀ ਭੰਨਿਆ ਜਾਊਗਾ ਸੋ ਤੁਸੀਂ ਸਾਰੇ ਇੱਥੇ ਆਏ ਜੈ ਭੀਮ ਜੈ ਧਰ ਜੈ ਭਾਰਤ ਅਸੀਂ ਮੀਡੀਆ ਦਾ ਵੀ ਜਿਹੜਾ ਜਿੰਨੇ ਵੀ ਸਾਡੇ ਸਾਥੀ ਮੀਡੀਆ ਕਰਮੀ ਉੱਥੇ ਪਹੁੰਚੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤਾਂ ਜੋ ਤੁਸੀਂ ਇਹ ਸਾਡੀ ਆਵਾਜ਼ ਨੂੰ ਜਿਹੜਾ ਪੂਰਾ ਜਿਹੜਾ ਦੁਨੀਆ ਤੱਕ ਪਹੁੰਚਾ ਰਹੇ ਹਾਂ ਸੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ।